ਸਾਨੂੰ ਪ੍ਰੋਬਲਮ ਇਹ ਹੈ, ਸਾਡੀ ਕਣਕ ਬਿਲਕੁਲ ਖਾ ਚੁੱਕੇ ਨੇ ਅਤੇ ਸਾਨੂੰ ਇਹਨੂੰ ਜਗ੍ਹਾ ਨਹੀਂ ਹੈਗੀ ਕੋਈ। ਗਊਸ਼ਾਲਾ ਵਾਲੇ ਸਾਨੂੰ ਰੋਕ ਰਹੇ ਨੇ ਵੀ ਅਸੀਂ ਅੰਦਰ ਨਹੀਂ ਵਾੜਦੇ। ਗਊਸ਼ਾਲਾ ਜਿਹੜੀ ਇੱਥੇ ਝਰੇੜੀ ਬਣਾਈ ਆ ਉੱਥੇ ਨਹੀਂ ਤੁਸੀਂ ਜਾ ਕੇ? ਉੱਥੇ ਸਾਨੂੰ ਵੜ ਨਹੀਂ ਦਿੰਦੇ ਹੈਗੇ। ਕੀ ਕਾਰਨ ਹੈ? ਕਹਿੰਦੇ ਵੀ ਅਸੀਂ ਤਾਂ ਸਾਨੂੰ ਲਿਖਿਆ ਕੇ ਲਿਆਓ ਡੀ ਸੀ ਸਾਹਿਬ ਤੋਂ, ਤਾਂ ਅਸੀਂ ਡੀ ਸੀ ਸਾਹਿਬ ਨੂੰ ਮਿਲਣਾ ਆ ਵੀ ਸਾਨੂੰ ਲਿਖ ਕੇ ਦਿਓ ਵੀ ਅਸੀਂ ਗਊਸ਼ਾਲਾ 'ਚ ਛੱਡ ਸਕੀਏ। ਮੇਰੇ ਕਣਕ ਦਾ ਤਾਂ ਸਾਡਾ ਬਿਲਕੁਲ ਹੀ ਕਰਤਾ ਨੁਕਸਾਨ। ਜਿਹੜੇ ਰੋਡ ਦੇ ਪਿੰਡ ਹੋਣ ਦੇ ਬਾਵਜੂਦ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ। ਅਤੇ ਬਾਕੀ 12 ਵਜੇ ਅਸੀਂ ਪੈਂਦੇ ਹਾਂ, ਸਵੇਰੇ 4 ਵਜੇ ਫਿਰ ਉੱਠ ਖੜ੍ਹਦੇ ਹਾਂ। ਅਸੀਂ ਤਾਂ ਗਊਸ਼ਾਲਾ 'ਚ ਛੱਡਣ ਵਾਸਤੇ ਲੈ ਕੇ ਆਏ ਹਾਂ, ਨਾ ਕਿ ਅਸੀਂ ਮੰਡੀ 'ਚ ਛੱਡਣ ਵਾਸਤੇ। ਸਾਨੂੰ ਡੀ ਸੀ ਸਾਹਿਬ ਨੂੰ ਮਿਲਣ ਆਇਆ ਵੀ ਸਾਨੂੰ ਕੋਈ ਹੱਲ ਪ੍ਰੋਪਰ ਇਹਦਾ ਹੱਲ ਕੀਤਾ ਜਾਵੇ। ਠੀਕ ਹੈ ਨਾ, ਅਸੀਂ ਰਾਤਾਂ ਨੂੰ ਦਿਨ ਰਾਤ 12-12 1-1 ਵਜੇ ਅਸੀਂ ਪੈਂਦੇ ਹੈਗੇ, ਤੜਕੇ 4 ਵਜੇ ਫਿਰ ਉੱਠ ਖੜ੍ਹਦੇ ਹੈਗੇ ਮਤਲਬ। ਅਤੇ ਸਿਆਲ ਦੀਆਂ ਰਾਤਾਂ ਨੇ, ਕੋਈ ਤੁਸੀਂ ਇਹ ਲਾ ਲਓ ਵੀ ਕੋਈ ਹਰੇਕ ਨੂੰ ਨੀਂਦ ਪਿਆਰੀ ਹੁੰਦੀ ਹੈਗੀ, ਪੁੱਤਾਂ ਵਾਂਗੂ ਫਾਲੀ ਹੋਈ ਪਾਲੀ ਹੋਈ ਫਸਲ ਅੱਜ ਬਰਬਾਦ ਹੋ ਰਹੀ ਹੈਗੀ, ਇਹਦਾ ਹੱਲ ਕੋਈ ਹੋਣਾ ਚਾਹੀਦਾ। ਜਿਵੇਂ ਝਰੇੜੀ ਗਊਸ਼ਾਲਾ ਆਪਣੇ ਬਣਾਈ ਗਈ ਸੀ ਸਰਕਾਰ ਵੱਲੋਂ, ਉਹ ਗਊਸ਼ਾਲਾ ਦਾ ਕੋਈ ਇੰਤਜ਼ਾਮ ਨਹੀਂ ਕੀਤਾ? ਨਹੀਂ, ਝਰੇੜੀ ਦੇਖੋ ਗਊਸ਼ਾਲਾ ਬਣੀ ਹੈ, ਸਾਡੀਆਂ ਜ਼ਮੀਨਾਂ ਕੁਆਇਰ ਹੋਈਆਂ ਨੇ, ਅਸੀਂ ਦਾਣੇ ਦਿੰਦੇ ਤੂੜੀ ਦਿੰਦੇ ਹਾਂਗੇ, ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ। ਸਾਡੇ ਕੋਈ ਉਹ ਕਹਿੰਦੇ ਸਾਡੇ ਕੋਲ ਤਾਂ ਡੰਗਰ ਆ ਵੀ ਉਹ ਨੇ ਫੁੱਲ ਦਾਣੇ ਅਤੇ ਤੂੜੀ ਤੁਹਾਡੇ ਤੋਂ ਸਮਾਹੀ ਬਾਅਦ ਲੈ ਕੇ? ਹਾਂ, ਸਮਾਹੀ ਬਾਅਦ ਲੈ ਕੇ ਜਾਂਦੇ ਨੇ ਜੀ ਉਹ। ਨਹੀਂ ਕਰਾਓ ਗੱਲ ਜੀ, ਕੌਣ ਕਹਿੰਦਾ ਕਰਾਊਗਾ? ਅਸੀਂ ਤੇ ਅਸੀਂ ਪੈਸੇ ਦੇ ਕੇ ਖੁਦ ਛੱਡ ਕੇ ਆਏ ਕਿਰਾਂ, ਦੋ ਸਾਲ ਹੋ ਗਏ ਜੀ। 1,000 ਰੁਪਏ ਦਿੱਤਾ ਜੀ ਅਸੀਂ ਨੇ, 5 ਗਊਆਂ ਦੀਆਂ। ਹਾਂ ਜੀ ਹਾਂ, ਜਾਓ ਪੈਸੇ ਮੰਗਦੇ ਨੇ, ਜਾਓ ਉਹ ਕਰਦੇ ਨੇ। ਰੋਡ 'ਤੇ ਤਾਂ ਵੱਧ ਤੋਂ ਵੱਧ ਹੋ ਰਿਹਾ ਜੀ, ਐਕਸੀਡੈਂਟ ਹੋ ਰਹੇ ਨੇ, ਨੌਜਵਾਨ ਲੋਕ ਮਰ ਰਹੇ ਨੇ ਵੀ ਮੰਨ ਲਓ। ਅਤੇ ਫਸਲਾਂ 100 ਦੇ ਵਿੱਚੋਂ 60% ਫਸਲ ਖਾਧੀ ਗਈ ਜਿਹੜੀਆਂ ਪਿੰਡ ਦੇ ਲਵੇ ਨੇ ਜੀ। ਪ੍ਰੋਬਲਮ ਤਾਂ ਇਹ ਡੀ ਸੀ ਸਾਹਿਬ ਨੂੰ ਮਿਲ ਕੇ ਵੀ ਸਾਡਾ ਕੋਈ ਹੱਲ ਕਰੋ, ਵੀ ਨਹੀਂ ਤਾਂ ਫਿਰ ਅਸੀਂ ਮੰਡੀ ਦੇ ਵਿੱਚ ਛੱਡ ਕੇ ਜਾਵਾਂਗੇ ਜੀ। 2 ਟਰਾਲੀਜ਼ ਭਰ ਕੇ ਇੱਥੇ ਜਦੋਂ ਕਿਸਾਨ ਲੈ ਕੇ ਆਏ ਨੇ, ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਕੋਈ ਪਰੇਸ਼ਾਨੀ ਆ ਰਹੀ ਹੈ। ਝਨੇੜੀ ਸਾਡੀ ਸਰਕਾਰੀ ਗਊਸ਼ਾਲਾ, ਉੱਥੇ ਜਿੰਨੀ ਕਪੈਸਿਟੀ ਜੋ ਵੀ ਅਲਾਊਡ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕੀਤਾ ਜਾਂਦਾ। ਹੁਣ ਵੀ ਜਿੰਨੀ ਗਊਆਂ ਲੈ ਕੇ ਆਏ ਨੇ, ਕੋਈ ਪਸ਼ੂ ਲੈ ਕੇ ਆਏ ਨੇ, ਉਹਨਾਂ ਨੂੰ ਐਡਜਸਟ ਕਰਾ ਦਿੱਤਾ ਗਿਆ। ਪ੍ਰੋਬਲਮ ਇਹ ਆਉਂਦੀ ਹੈ ਕਿ ਉੱਥੇ ਕਪੈਸਿਟੀ ਹੈ ਜੀ 300 ਪਸ਼ੂ ਦੀ। ਇਟ ਇਜ਼ ਅ ਫਾਈਨਾਈਟ ਕਪੈਸਿਟੀ, ਇਨਫਾਈਨਾਈਟ ਨਹੀਂ ਹੈ। ਉਹਨੂੰ ਵਧਾਉਣ ਲਈ ਅਸੀਂ ਆਲਰੇਡੀ 2 ਸ਼ੈੱਡ ਹੋਰ ਬਣਾ ਰਹੇ ਹਾਂ, 2 ਸ਼ੈੱਡਾਂ ਦਾ ਪ੍ਰਪੋਜ਼ਲ ਹੋਰ ਗਿਆ ਹੋਇਆ। ਸੋ ਵੀ ਆਰ ਗ੍ਰੈਜੂਅਲੀ ਮੈਨੇਜਿੰਗ, ਬਟ ਦੇਖੋ ਇਹ ਪੂਰੇ ਪੰਜਾਬ ਭਰ ਦੀ ਸਮੱਸਿਆ, ਇਕੱਲੇ ਭਵਾਨੀਗੜ੍ਹ ਦੀ ਨਹੀਂ ਹੈ, ਇਕੱਲੇ ਸੰਗਰੂਰ ਜ਼ਿਲ੍ਹੇ ਦੀ ਨਹੀਂ ਹੈ। ਵੀ ਆਰ ਮੈਨੇਜਿੰਗ ਇਟ। ਅਸੀਂ ਕਪੈਸਿਟੀ ਤੋਂ ਵੱਧ ਜੇ ਲਿਆਵਾਂਗੇ ਤਾਂ ਗਊਆਂ ਨਾਲ ਵੀ ਠੀਕ ਨਹੀਂ ਹੈ। ਉਹਨਾਂ ਨੂੰ ਅਸੀਂ ਬਹੁਤ ਪ੍ਰੇਮ ਨਾਲ, ਬਹੁਤ ਹੀ ਧਿਆਨ ਨਾਲ ਉੱਥੇ ਸਾਫ਼ ਸਫਾਈ ਨਾਲ ਰੱਖਣਾ। ਜਦ ਤੱਕ ਹੁਣ ਮੰਨ ਲਓ ਉੱਥੇ ਕਪੈਸਿਟੀ ਫੁੱਲ ਹੋਵੇ ਅਤੇ ਉੱਥੇ ਕੋਈ ਲੈ ਕੇ ਚੱਲ ਜਾਵੇ 100 ਪਸ਼ੂ ਜਾਂ 50 ਪਸ਼ੂ, ਕਿਉਂਕਿ ਨਾ ਕਈ ਡੈਰੀ ਫਾਰਮਸ ਵੀ ਹੈ, ਉਹਨਾਂ ਨੇ ਵੈਸੇ ਆਪਣਾ ਡਿਸਪੋਜ਼ਲ ਆਪ ਕਰਨਾ ਹੁੰਦਾ, ਉਹਨਾਂ ਨੇ ਆਪ ਉਹਨਾਂ ਲਈ ਗਊਸ਼ਾਲਾ ਛੁਡਾ ਕੇ ਖਰਚਾ ਦੇਣਾ ਹੁੰਦਾ, ਸਾਰਾ ਕੁਝ ਕਰਨਾ ਹੁੰਦਾ। ਉਹ ਪ੍ਰੋਸੈਸ ਉਹ ਫੋਲੋ ਨਹੀਂ ਕਰਦੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸੇ ਤਰ੍ਹਾਂ ਹੀ ਜਦੋਂ ਤੱਕ ਦਾ ਪਸ਼ੂ ਵੈਲਿਊਏਬਲ ਸੀਗਾ ਉਹਨਾਂ ਨੂੰ, ਜਦ ਤੱਕ ਉਹਨਾਂ 'ਤੇ ਕੰਮ ਆ ਰਿਹਾ ਸੀ, ਉਦੋਂ ਤੱਕ ਅਸੀਂ ਉਹਦਾ ਦੋਨ ਕਰ ਲਈਏ, ਉਸ ਤੋਂ ਬਾਅਦ ਅਸੀਂ ਜਿਹੜਾ ਪਸ਼ੂ ਦੀ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਤੁਸੀਂ ਭੱਜ ਜਾਈਏ। ਉਸ ਚੀਜ਼ ਨੂੰ ਬੰਦ ਕਰਨ ਲਈ ਪ੍ਰੋਸੈਸ ਬਣਾਇਆ ਹੋਇਆ ਕਿ ਅਪਰੂਵਲ ਤੋਂ ਬਿਨਾਂ ਕੋਈ ਵੀ ਉਹ ਕਰਨ ਨਾ, ਤਾਂ ਕਿ ਉਹ ਵੀ ਮਰਜ਼ੀ ਨਾ ਕਰਨ ਅਤੇ ਆਮ ਬੰਦਾ ਕੋਈ ਛੱਡਣ ਜਾਵੇ ਉਹਨੂੰ ਪਰੇਸ਼ਾਨੀ ਨਾ। ਨਹੀਂ ਫਿਰ ਉਹ ਜਾ ਰਹੇ ਨੇ, ਤੁਸੀਂ ਦੇਖ ਲਓ ਟਰਾਲੀ ਭੜ ਕੇ ਚੱਲ ਪਈ ਆਲਰੇਡੀ, ਹੈ ਨਾ, ਹੁਣ ਛੱਡ ਕੇ ਵੀ ਆਉਣਗੇ। ਐਸਾ ਕੋਈ ਇਸ਼ੂ ਨਹੀਂ ਹੈ ਕਿ ਉੱਥੇ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ। ਹਾਂ, ਕਿਸੇ ਦਾ ਕੋਈ ਸਰਕਾਰੀ ਫਾਰਮ ਹੈਗੇ ਆ ਤਾਂ ਉਹਦੇ ਵਾਸਤੇ ਗੌਰਮੈਂਟ ਦੀ ਜਿਹੜੀ ਕਾਸਸ ਨੋਟੀਫਿਕੇਸ਼ਨ ਪੁਰਾਣੀ ਤੁਸੀਂ ਚੱਕ ਲਓ, ਉਹਦੇ 'ਚ ਪਰ ਡੇ ਪਰ ਪਸ਼ੂ ਦਾ ਕਿੰਨਾ ਦੇਣਾ ਉਹ ਲਿਖ ਦਿੱਤੀ ਹੈ, ਉਸ 'ਚ ਕੋਈ ਵਹਿਮ ਵਾਲੀ ਗੱਲ ਨਹੀਂ। ਮੈਂ ਉਹ ਵੀ ਗੱਲ ਕਰੂੰਗਾ ਤੁਹਾਡੇ ਨਾਲ। ਮੈਂ ਸੰਗਰੂਰ ਸ਼ਹਿਰ ਵਿੱਚ ਅਤੇ ਧੂਰੀ ਵਿੱਚ 150 ਪਸ਼ੂ ਪਿੱਛੇ ਜੇ ਮੈਨੂੰ ਯਾਦ ਹੈ, ਪਿਛਲੇ 2 ਮਹੀਨੇ ਦੇ ਅੰਦਰ 150 ਪਸ਼ੂ ਤਕਰੀਬਨ ਦੋਨੋਂ ਸ਼ਹਿਰਾਂ ਤੋਂ ਲਿਫਟ ਹੋ ਕੇ ਉੱਥੇ ਆਇਆ। ਜਿੰਨਾ ਪਸ਼ੂ ਆਉਂਦਾ ਜੀ, ਅਗਲੇ ਦਿਨ ਹੀ ਟਰਾਲੀ ਭਰ ਕੇ ਸ਼ਾਮ ਨੂੰ ਰਾਤ ਨੂੰ 20-25 ਆਪਣੇ 'ਚੋਂ ਹੀ ਆਪਣੇ ਵੀ ਕਿਸਾਨ ਵੀਰ ਨੇ ਜਿਹੜੇ ਛੱਡ ਜਾਂਦੇ ਨੇ। ਸੋ ਆਪਾਂ ਸਾਰੇ ਵੀ ਇਸ ਚੀਜ਼ ਜ਼ਿੰਮੇਵਾਰੀ ਲਈਏ ਕਿ ਜੇ ਆਪਾਂ ਗਊ ਮਾਤਾ ਨੂੰ ਮਾਤਾ ਸਮਝ ਕੇ ਪਹਿਲਾਂ ਰੱਖਿਆ, ਪਹਿਲਾਂ ਉਹਦਾ ਦੁੱਧ ਪੀਤਾ, ਉਹਦਾ ਦੁੱਧ ਵੇਚਿਆ,
ਤਾਂ ਇਹ ਨਹੀਂ ਹੈ ਕਿ ਬਾਅਦ 'ਚ ਉਹਨੂੰ ਸੰਭਾਲਣ ਦੀ ਜ਼ਿੰਮੇਵਾਰੀ ਤਾਂ ਆਪਾਂ ਭੱਜੀਏ ਅਤੇ 20-25 ਪਸ਼ੂ ਇਕੱਠੇ ਕਰਕੇ ਇੱਕ ਪਾਸੇ ਇੱਕ ਪਿੰਡ ਤੋਂ ਦੂਜੇ ਪਿੰਡ ਛੱਡ ਆਉਂਦੇ ਨੇ ਜੀ, ਦੂਜੇ ਪਿੰਡ ਵਾਲੇ ਬਾਰਡਰ 'ਤੇ ਛੱਡ ਆਉਂਦੇ ਨੇ, ਬਾਰਡਰ ਵਾਲੇ ਉੱਧਰੋਂ ਇੱਧਰ, ਤੁਹਾਨੂੰ ਪਤਾ ਹੀ ਹੈ ਸਾਰਾ ਕੁਛ।